ਸਭ ਤੋਂ ਪਹਿਲਾਂ ਸਸਰੀਗਲ ਸਾਰਿਆਂ ਦਾ ਧੰਨਵਾਦ ਮੈਂ ਰਜਿੰਦਰ ਸਿੰਘ ਪੰਚ ਮੌਜੂਦਾ ಗ್ರಾಮ ਪੰਚਾਇਤ ਪਿੰਡ ਡੈੜੀ ਮੇਰੇ ਵੱਲੋਂ ਮੇਰੇ ਹਲਕੇ ਵੱਲੋਂ ਸਾਰਿਆਂ ਨੂੰ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਇਹ ਬਾਕੀ ਸਾਡੇ ਸ਼ਹੀਦ ਹੋ ਰਹੇ ਆ ਸੰਧਾਰ ਜਨ ਪ੍ਰਾਪਤ ਕਰ ਰਹੇ ਆ ਕੀ ਕਹਿਣਾ ਚਾਹੁੰਦਾ ਮੈਂ ਉਹ ਪਹਿਲਾਂ ਤਾਂ ਬਹੁਤ ਦੁਖਦਾਈ ਘਟਨਾ ਹੈ ਕੱਲ ਵੀ ਵੈਸੇ ਦੋ ਸ਼ਹੀਦ ਹੋ ਗਏ ਹੋਰ ਉਹਨਾਂ ਨੂੰ ਵੀ ਕੋਈ ਪਰਵਾਰਾਂ ਨੂੰ ਸਰਕਾਰਾਂ ਨੂੰ ਸੋਚਣਾ ਚਾਹੀਦਾ ਉਹਨਾਂ ਦੇ ਪਰਿਵਾਰ ਬਾਰੇ ਕੁਝ ਕਰਨਾ ਚਾਹੀਦਾ ਤੇ ਆਪਾਂ ਗੱਲ ਕਰੀਏ ਹੁਣ ਰੈਲੀਆ ਵੀ ਹੋ ਰਹੀਆਂ ਨੇ ਮੋਦੀ ਸੈਂਟਰ ਸਰਕਾਰ ਦੀ ਬਣਦੀ ਕਿਸਾਨਾਂ ਦੀਆਂ ਤੁਹਾਡੇ ਇੱਕ ਇੱਕੀ ਰਾਨੇ ਦਿੱਤੀ ਹੋਏਗੀ ਇਸ ਨੂੰ ਲੈ ਕੇ ਉਹ ਕਿਸਾਨ ਜਥੇਬੰਦੀਆਂ ਕਿਸਾਨ ਯੂਨੀਅਨਾਂ ਜੋ ਵੀ ਉਹ ਪਣਾ ਪਲਾਨ ਕਰਨਗੇ ਦੱਸਣਗੇ ਉਹਨਾਂ ਦੇ ਮੁਤਾਬਿਕ ਕੀ ਹੋਊਗਾ ਅੱਗੇ ਜੋ ਵੀ ਹੋਊਗਾ ਇਹ ਤੁਹਾਡੇ ਜਿਆ ਪਿੰਡ ਦੀ ਗੱਲ ਕਰੀ ਡੈਡੀ ਪਿੰਡ ਦੀ ਤੁਹਾਡੇ ਡੈਡੀ ਪਿੰਡ ਦੇ ਵਿੱਚ ਕਿਸਾਨਾਂ ਨੂੰ ਕੀ ਸਪੋਰਟ ਮਿਲਦੀ ਹੈ ਦੇਖੋ ਇਥੋਂ ਤਕਰੀਬਨ 5 ਟਰਾਲੀਆਂ ਜਾਇਆ ਆਈਆਂ ਰਸਦ ਵੀ ਲਿਆਏ ਸਮਾਨ ਵੀ ਦੇ ਕੇ ਆ ਆ ਜਾ ਰਹੀਆਂ ਬਾਕੀ ਤਕਰੀਬਨ 2-4 ਦਿਨਾਂ ਬਾਅਦ ਟਰਾਲੀ ਚੱਲੇ ਜਾਂਦੀ ਹੈ ਅਦਲਾ ਬਦਲੀ ਹੋ ਰਹੇ ਸਹਿਯੋਗ ਦੇ ਰਹੇ ਕਿਸਾਨਾਂ ਦਾ ਕਿਸਾਨ ਬਣਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਸਾਡੀ ਤਾਂ ਹੀ ਅਪੀਲ ਹੈ ਵੀ ਸ਼ਾਂਤਪਨ ਢੰਗ ਨਾਲ ਪ੍ਰੋਟੈਕਟਸ ਜਿਹੜਾ ਬਣਾ ਜਾਰੀ ਰੱਖੋ ਅਸੀਂ ਵੀ ਨਾਲ ਨਾਲ ਹੀ ਜਾ ਰਹੇ ਕਿਸਾਨ ਹੀ ਅਸੀਂ ਵੀ